ਨਜ਼ਰ ਧਿਆਨ ਮੇਰੇ ਵੱਲ, ਗੱਲ ਬੜੀ ਵੱਡੀ ਹੈ। ਕਾਂ ਵੇਖਿਆ ਵੇ, ਕਾਂ ਇਹਨੂੰ ਪੰਜਾਬੀ ਚ ਕਾਂ ਕਹਿੰਦੇ, ਉਰਦੂ ਚ ਕੌਆ ਕਹਿੰਦੇ, ਇੰਗਲਿਸ਼ ਚ ਕਾਓ ਨੀ ਕਰੋ, ਕਾਓ ਫਰਸਟੀ ਕਰੋ। ਕਹਾਣੀ ਲਿਖਦੇ ਹੁੰਦੇ ਪਿਆਸਾ ਕੌਆ, ਇੰਗਲਿਸ਼ ਤੇ ਬੜੀ ਆਉਂਦੀ ਹੈ ਤੁਹਾਨੂੰ ਸਾਰਿਆਂ ਨੂੰ। ਹੈਂ, ਹੁਣੇ ਕਹੋ ਨਾ ਜਨਾਜ਼ਾ ਸੁਣਾਓ। ਪੜਦਾ ਹੀ ਰਹਿੰਦਾ ਜੀ, ਪੜਦਾ ਹੀ ਰਹਿੰਦਾ, ਇੰਗਲਿਸ਼ ਬੜੀ ਆਉਂਦੀ ਹੈ। ਅੱਲਾ ਜਾਣਦਾ ਧਿਆਨ ਮੇਰੇ ਵੱਲ, ਅਰਬਨਾ ਦੀ ਸੁਣ ਲਓ। ਇਹ ਕਾਂ ਨੇ ਵੇਖਿਆ ਜਨਾਬ, ਤੋਹੀਦਪੁਰ ਦੀ ਇੱਕ ਟਾਹਲੀ ਦੇ ਉੱਤੇ ਨੇ ਆਲਣੇ ਚਾਲਣੇ ਦਿੱਤੇ ਨੇ। ਵੀਰਾ ਸੁਣੋ ਜ਼ਰਾ ਧਿਆਨ ਦੇ ਨਾਲ, ਇੱਕ ਜ਼ਿਮੀਦਾਰ ਲੰਘਿਆ, ਜੰਦਰਾ ਵੱਟਾਂ ਪਾਉਣ ਵਾਲਾ, ਉਹਦੇ ਮੋਢੇ 'ਤੇ ਕਿੱਡਾ ਲੰਮਾ ਹੁੰਦਾ ਜੰਦਰਾ। ਉਹਨੇ ਜਨਾਬ ਆਲਾ, ਜੰਦਰੇ ਦੇ ਇੰਜੀ ਟੱਕ ਹੁੰਦੇ ਨੇ ਜਿਵੇਂ ਮੇਰੀ ਖੂੰਡੀ ਦੇ ਟੱਕ ਨੇ, ਇੰਜੀ ਨੇ ਨਾ ਵੱਟਾਂ ਪਾਉਂਦੇ ਨੇ। ਅੱਲਾ ਜਾਣਦਾ ਧਿਆਨ ਕਰਿਆ ਜੇ ਉਹ ਜੰਦਰਾ ਵੀਰੋ ਕਿਸੇ ਕੰਮ ਉਹਨਾਂ ਦੇ ਜੀ ਮੌਲਵੀ ਟਰੈਕਟਰ ਨਾ ਪਾਉਂਦੇ, ਜਿੰਨਾ ਮਰਜ਼ੀ ਟਰੈਕਟਰ ਚਲਾ ਲਓ, ਜੰਦਰਾ ਚਲਾਉਣਾ ਹੀ ਪੈਂਦਾ, ਮੋੜ ਕੱਟਦਾ ਵੱਟ ਰਹਿ ਜਾਂਦੀ, ਜੰਦਰਾ ਫਿਰ ਵੀ ਚਲਾਉਣਾ ਹੀ ਪੈਂਦਾ। ਹਾਂ, ਕਈ ਲੈ ਉਹ ਜੰਦਰਾ ਲੈ, ਉਹ ਗੱਲ ਇੱਕੋ ਹੀ ਹੈ, ਪੁੱਤਰਾ ਗੋਡੇ ਛੱਡੇਗਾ ਐਨਕ ਬਾਬੂ, ਉਹ ਮਾਂ ਸ਼ਕਰੇ ਜਾਏ, ਗੱਲ ਮੈਂ ਗੋਡੇ ਨਹੀਂ ਫੜਨ ਦੇਣੇ। ਨਬੀ ਪਾਕ ਨੇ ਮਨਾ ਫਰਮਾਇਆ ਕਿ ਮਜਲਿਸ ਦੇ ਅੰਦਰ ਗੋਡੇ ਫੜ ਕੇ ਨਹੀਂ ਬਹਿਣਾ, ਮਸਜਿਦ ਦੇ ਅੰਦਰ, ਤੇ ਖਾਸ ਕਰਕੇ ਹਜ਼ੂਰ ਨੇ ਕਿਹਾ ਨਹੀਂ ਬਹਿਣਾ ਗੋਡੇ ਫੜ ਕੇ। ਜ਼ਰਾ ਧਿਆਨ ਕਰਿਆ ਜੀ, ਔਖੇ ਸੌਖੇ ਹੋ ਲਓ ਥੋੜ੍ਹੀ ਦੇਰ, ਮੈਂ ਤਕਰੀਰ ਸ਼ੁਰੂ ਕਰ ਲਈਏ, ਕੜੀ ਭੱਜਣ ਲੱਗ ਪਈ ਏ। ਵੇਖੋ ਨਾ ਜਨਾਬ ਆਲਾ, ਪੌਣੇ ਦਿਨਾਂ ਦੀ 3 ਦਾ ਟਾਈਮ ਹੋ ਗਿਆ ਏ, ਕੜੀ ਵੇਖਣਾ ਦੌੜਾਂ ਲਾ ਦਿੱਤੀਆਂ ਨੇ। ਜ਼ਰਾ ਧਿਆਨ ਕਰ, 15-20 ਮਿੰਟ ਐਵੇਂ ਗੁਜ਼ਰ ਗਏ ਨੇ, ਜ਼ਰਾ ਗੱਲ ਸੁਣੀ ਧਿਆਨ ਨਾਲ। ਅੱਲਾ ਜਾਣਦਾ ਵੇ, ਕਾਂ ਨੇ ਆਵਾਜ਼ ਮਾਰੀ ਆਪਣੀ ਬਰਾਦਰੀ ਨੂੰ, ਵਨ ਪਾਇਪ ਤੇ ਕਾਲ ਕਰ ਦਿੱਤੀ, ਜਿਵੇਂ ਅਸੀਂ ਵੀਰਾ ਵਨ ਪਾਇਪ ਤੇ ਕਾਲ ਕਰੀਏ, ਪੁਲਿਸ ਆਉਂਦੀ ਏ, ਪਰ ਉਦੋਂ ਆਉਂਦੀ ਏ ਜਦੋਂ ਲੱਤਾਂ ਬਾਹਾਂ ਟੁੱਟ ਜਾਣ, ਹਾਂ ਜਦੋਂ ਕੰਮ ਹੋ ਜਾਵੇ। ਅੱਲਾ ਜਾਣਦਾ, ਤਵੱਜੋ ਮੇਰੇ ਵੱਲ, ਗੱਲ ਸੁਣਿਆ ਜੇ ਅਰਬੀ ਸਾਊਦੀ ਅਰਬ ਦੇ ਅੰਦਰ ਛੁਰਤਾ ਐਮਰਜੈਂਸੀ ਬੁਲਾਉਣਾ ਹੋਵੇ, ਤਾਂ ਉੱਥੇ 3-3-3-9-99 ਮਿਲਾਉਣਾ ਪੈਂਦਾ ਹੈ, ਤੇ ਉਸ ਵੇਲੇ ਛੁਰਤਾ ਆ ਜਾਂਦਾ ਵੇ। ਵੀਰਾ ਪਾਕਿਸਤਾਨ 'ਚ ਕਾਂ ਨੂੰ ਲੋੜ ਪੈ ਗਈ, ਕੋਈ ਬੰਦਾ ਇਕੱਲਾ ਤੇ ਨਾ ਬੈਠਾ ਹੁੰਦਾ, ਬਾਹਾਂ 'ਤੇ ਹੁੰਦੀਆਂ ਨੇ, ਬੰਦਾ ਆਖ ਨਹੀਂ ਦਿੰਦਾ ਮੇਰੀ ਬੜੀ ਬਰਾਦਰੀ ਹੈ, ਵੇਖ ਲਾਂਗਾ ਬਾਹਾਂ ਬੜੀਆਂ। ਕਾਂ ਨੇ ਕਿਹਾ, ਜੱਟਾ ਤੇਰੇ ਨਾਲ ਕਰ ਲੈਣਾ ਖੋਖਰਾ, ਗੱਲ ਤੂੰ ਮੇਰੇ ਹਾਲ ਨਾ ਟਾਇਆ। ਉਹਨੇ ਕੀਤਾ ਆਪਣੀ ਬਰਾਦਰੀ ਨੂੰ ਫੋਨ, ਵਡੇਰੀ ਵਡੇਰੀ ਉਮਰ ਦੇ ਕਾਂ ਇਕੱਠੇ ਹੋ ਗਏ ਨੇ, ਵੀਰਾ ਫੈਂਡਰ ਤਿਆਰਾ, 16 ਬਣ ਕੇ ਇਸ ਖੋਖਰ ਦੇ ਲਾਗੋਂ ਹੀ ਲੰਘੇ ਨੇ, ਖੋਖਰੋਂ ਨਹੀਂ ਇੰਜ ਇੱਧਰੋਂ ਲੰਘਿਆ ਇੰਜ, 6 ਫੁੱਟ ਦਾ ਕੱਦ, ਇਹਨਾਂ ਵੀਰਾ ਸਿਰ ਤੇ ਠੂੰਗੇ ਮਾਰ ਮਾਰ ਕੇ ਜੱਟ ਪਜਾ ਦਿੱਤਾ, ਖੋਖਰ ਪਜਾ ਤਾ। ਮੈਂ ਸਵਾਲ ਕਰਨ ਲੱਗਾ, ਕਿਹੜੀ ਆਪਣੀ ਬਰਾਦਰੀ ਦੇ ਸਕੀ, ਕਾਂ ਆਪਣੀ ਬਰਾਦਰੀ ਦੱਸ ਸਕਾਂ, ਇਹ 6 ਫੁੱਟ ਦਾ ਕੱਦ ਇਨਸਾਨ ਦਾ ਹੈ, ਮੇਰੇ ਨਬੀ ਦਾ ਮੰਨਣ ਵਾਲਾ ਹੈ। ਹਜ਼ੂਰ ਨੇ ਕਿਹਾ, ਮਦੀਨੇ ਕਿਸੇ ਨੂੰ ਕੰਡਾ ਲੱਗੇ ਤੇ ਤੋਹੀਦਪੁਰ ਚੰਜ ਲੱਗੇ ਜਿਵੇਂ ਮੈਨੂੰ ਕੰਡਾ ਲੱਗਾ ਵੇ, ਮੇਰੇ ਨਬੀ ਨੇ ਤੇ ਇਹ ਕਿਹਾ ਹੈ ਨਾ, ਪਰ ਇਹ 6 ਫੁੱਟ ਦਾ ਕੱਦ ਕਲਮੇ ਵਾਲਾ ਹੈ। ਕੋਈ ਬੰਦਾ ਕਵੇ ਯਾਰ ਦਪਾਲਪੁਰ ਚੌਕ 'ਚ 2 ਲੜੇ, ਇਹ ਤਾਇਆ ਦੀ ਉਮਰ ਦਾ ਬੰਦਾ ਕਵੇ ਇਹਨੂੰ ਛੁਡਾਓ, ਨਹੀਂ ਤਾਇਆ ਦੀ ਝੌੜ ਮੱਠੀ ਉਹ ਹੀ ਲੈ ਲੈਂਦਾ। ਪਿੰਡ ਚ ਬੰਦੇ ਲੜਪਣ ਤੇ ਕਹੀਦਾ ਯਾਰ ਸੁਲਾਹ ਕਰਾਓ, ਥਾਣੇ ਨਹੀਂ ਜਾਣਾ, ਨਹੀਂ ਇਹਦੀ ਜ਼ਰਾ ਝੋਟੀ ਵਾਵਾ ਫਲ ਤੇ ਆਈ ਹੈ, ਉਹ ਵੇਖ ਲੈਂਦੇ ਫਿਰ ਸੁਲਾਹ ਕਰਾਵਾਂ, ਇਹਦੀ ਆਕੜ ਜ਼ਰਾ ਮਰ ਲੈਂਦੇ, ਆਹ ਝੋਟੀਆਂ ਵੇਖ ਲੈਂਦੇ, ਜ਼ਰਾ ਕਣਕ ਪੱਕੀ ਹੈ ਇਹ ਵੇਖ ਲੈਂਦੇ ਫਿਰ ਸੁਲਾਹ ਕਰਾਵਾਂ। ਇਹ ਮੁਸਲਮਾਨ ਜੇ ਕਲਮਾ ਪੜ ਕੇ ਦੱਸੋ ਇੰਜ ਹੋ ਰਿਹਾ ਕਿ ਤਾਂ ਆਪਣੀ ਬਰਾਦਰੀ ਦਾ ਸਕਾ, ਕੀੜੀ ਆਪਣੀ ਬਰਾਦਰੀ ਦੀ ਸਕੀ। ਇੱਥੇ ਮੁਸਲਮਾਨ ਅੱਲਾ ਜਾਂਦਾ, ਭਰਾ ਭਰਾ ਦੀ ਇੱਜ਼ਤ ਦਾ ਦੁਸ਼ਮਣ ਬਣ ਗਿਆ, ਰਾਣੀ ਜਠਾਣੀ ਦੀ ਇੱਜ਼ਤ ਦੀ ਦੁਸ਼ਮਣ ਬਣ ਗਏ, ਭਰਾ ਭਰਾ ਦੀ ਇੱਜ਼ਤ ਦਾ ਦੁਸ਼ਮਣ ਬਣ ਗਿਆ। ਅੱਲਾ ਜਾਂਦਾ, ਵੀਰਾ ਵੇਖ ਮੱਲੇ ਵਾਲੇ ਦਾ ਦੁਸ਼ਮਣ, ਵੀਰਾ ਜੱਜ ਜੱਜ ਦੀ ਇੱਜ਼ਤ ਦਾ ਦੁਸ਼ਮਣ, ਵਕੀਲ ਵਕੀਲ ਦੀ ਇੱਜ਼ਤ ਦਾ ਦੁਸ਼ਮਣ, ਸਿਆਸਤਦਾਨ ਸਿਆਸਤਦਾਨ ਦਾ ਦੁਸ਼ਮਣ ਬਣ ਗਿਆ ਵੇ। ਮੇਰੇ ਨਬੀ ਫਰਮਾਉਂਦੇ ਨੇ, ਅਲ ਮੁਸਲਿਮ ਅਕਲ ਮੁਸਲਮ, ਮੁਸਲਮ ਮੁਸਲਮ ਦਾ ਭਾਈ ਹੈ, ਇੰਨਾ ਮਲ ਮੁਮਿਨੂ ਨਾ ਇਖਵਾਉ, ਮੁਮਨ ਮੁਮਨ ਦਾ ਭਾਈ ਹੈ। ਅਰਜ਼ ਕਰਨਾ ਚਾਹ ਰਿਹਾ, ਮੇਰੇ ਨਬੀ ਫਰਮਾਉਂਦੇ ਨੇ, ਮੈਂ ਜਿੰਨੀਆਂ ਦੇ ਉੱਤੇ ਲੋਕੋ ਸੁਣੋ, ਜਿਹੜਾ ਬੰਦਾ ਮੁਸਲਮਾਨ ਨੂੰ ਨੁਕਸਾਨ ਪਹੁੰਚਾਉਂਦਾ ਹੈ, ਅੱਲਾ ਦੇ ਨਬੀ ਫਰਮਾਉਂਦੇ ਨੇ, ਕਾਬੇ ਦੀ ਦੀਵਾਰ ਗਰਾਉਣ ਦਾ ਇੰਨਾ ਗੁਨਾਹ ਨਹੀਂ ਜਿੰਨਾ ਇੱਕ ਮੁਸਲਮਾਨ ਨੂੰ ਨੁਕਸਾਨ ਪਹੁੰਚਾਉਂਦਾ ਗੁਨਾਹ ਹੈ, ਕਾਬੇ ਦੀ ਦੀਵਾਰ ਗਰਾਉਣਾ ਇੰਨਾ ਗੁਨਾਹ ਨਹੀਂ ਜਿੰਨਾ ਇੱਕ ਮੁਸਲਮਾਨ ਨੂੰ ਨੁਕਸਾਨ ਪਹੁੰਚਾਉਣਾ ਗੁਨਾਹ ਹੈ। ਤੂੰ ਵੀਰਾ ਜੁੱਤੀ ਨਹੀਂ ਛੱਡਦਾ, ਤੂੰ ਨਲਕੇ ਦੀ ਹੱਥੀ ਨਹੀਂ ਛੱਡਦਾ, ਕੂਲਰ ਦਾ ਗਲਾਸ ਨਹੀਂ ਛੱਡਦਾ, ਸੋਲਨ ਦੀਆਂ ਇੱਟਾਂ ਪੁੱਟ ਕੇ ਖੋਤੀ ਦੀ ਖੁਰਲੀ ਤੇ ਲਾ ਲੈਣਾ ਹੈ। ਅੱਲਾ ਜਾਣਦਾ, ਕਿਸੇ
نہر تو درخت نہیں چھڑدا، کسے غریب دا بوا کھلا رہ جائے تو او دا ڈنگر نہیں چھڑدا، کلمہ پڑھن والا اے تو ویرا دکان کھلی رہ جائے او دا مال نہیں چھڑدا، تینو کون کہے گا ویرا تو مسجد دیاں ٹوٹیاں نہیں چھڑدا، تو پکھے نہیں چھڑدا، اینا نہیں لائے ہوئے نہیں لہراجن ویرا پرا دا نقصان ہوے میٹر کٹیا جائے تو انا دا واوا نک لتا وے پرا دی ویرا تینو طلاق ہو جائے تو انا ایسے وا والا وے کسے پرا دی تی دی منگنی ٹوٹ جائے تو انا ایسے کرتوت دا مالک جائے